ਫਿਰ ਨਾਰੀਅਲ ਭੰਨਦੇ ਵੀ ਆ, ਅਤੇ ਉੱਥੇ ਫਿਰ ਕਈ ਵਾਰੀ ਗ੍ਰੰਥ ਸਿੰਘ ਕਹਿ ਹੀ ਦਿੰਦਾ ਵੀ ਜੇ ਤੁਸੀਂ ਆਹ ਸਾਰੇ ਪਖੰਡ ਕਰਨੇ ਸੀ ਫਿਰ ਅਰਦਾਸ ਦਾ ਕੀ ਮਤਲਬ ਰਹਿ ਗਿਆ। ਅਰਦਾਸ ਦਾ ਕਈ ਇਹ ਤੋਂ ਵੀ ਅੱਗੇ ਲੰਘ ਹੈ। ਸਾਡਾ ਇੱਕ ਮਿੱਤਰ ਸੀ, ਉਹਨੇ ਉਹ ਕਹਿੰਦਾ ਜੀ ਕਈ ਵਾਰੀ ਨਾ ਕਈ ਵੀਰਵਾਰ ਪਾਉਂਦੇ ਨਹੀਂ ਉਹ ਲੈਂਟਰ ਨਹੀਂ ਪਾਉਂਦੇ ਜਿਹੜੇ ਫੱਕਰਾਂ ਪੀਰਾਂ ਨੂੰ ਮੰਨਦੇ, ਜਿਹੜੇ ਮਠੀਆਂ ਨੂੰ ਮੰਨਦੇ ਆ, ਉਹਨਾਂ ਨੂੰ ਵਹਿਮ ਹੁੰਦਾ ਜੀ ਅਸੀਂ ਅੱਜ ਪੀਰ ਦਾ ਦਿਨ ਇਸ ਕਰਕੇ ਅੱਜ ਅਸੀਂ ਲੈਂਟਰ ਨਹੀਂ ਪਾਉਣਾ। ਅਤੇ ਉਹ ਕਹਿੰਦਾ ਵੀ ਕਈ ਵਾਰੀ ਮੈਨੂੰ ਕਈ ਪਰਿਵਾਰ ਕਹਿਣਗੇ ਜੀ ਲੈਂਟਰ ਆਪਾਂ ਸ਼ੁੱਕਰਵਾਰ ਪਾਲਾਂਗੇ ਜਾਂ ਬੁੱਧਵਾਰ ਪਾਲੀਏ, ਵੀਰਵਾਰ ਨਹੀਂ ਪਾਉਣਾ, ਅੱਜ ਬਾਬਾ ਜੀ ਦਾ ਦਿਨ ਹੈ। ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਨਾ ਵੀ ਜੇ ਤਾਂ ਵੀਰਵਾਰ ਪਵਾਓਗੇ ਤਾਂ 50-100 ਸਾਲ ਦੀ ਗਰੰਟੀ ਮੈਂ ਲਿਖ ਕੇ ਦਿੰਦਾ, ਲੈਂਟਰ ਨੂੰ ਕੁਝ ਵੀ ਨਹੀਂ ਹੁੰਦਾ। ਅਤੇ ਜੇ ਹੋਰ ਕਿਸੇ ਦਿਨ ਪਾਉਣਾ ਫਿਰ ਜ਼ਿੰਮੇਵਾਰੀ ਮੇਰੀ, ਕੋਈ ਨਹੀਂ ਭਾਵੇਂ ਲੈਂਟਰ ਖੋਲਦੇ ਪਾੜ ਜੇ। ਅਤੇ ਮੈਂ ਉਹਨੂੰ ਹੱਸ ਕੇ ਪੁੱਛ ਬੈਠਾ ਵੀ ਇਹ ਗੱਲ ਤੂੰ ਕਿਉਂ ਕਹਿੰਦਾ? ਕਹਿੰਦਾ ਜੇ ਵੀਰਵਾਰ ਪਾਉਣਗੇ ਮੈਂ ਮਟੀਰੀਅਲ ਪੂਰਾ ਪਾਊਂ, ਪਾਟੂ ਕਿੱਦਾਂ, ਸੀਮਿੰਟ ਦੀ ਬੋਰੀ ਇੱਕ ਵੱਧ ਪਵਾਊਂ, ਅਤੇ ਜੇ ਅੱਗੋਂ ਪਿੱਛੋਂ ਪਾਉਣਗੇ ਮੈਂ 2 ਬੋਰੀਆਂ ਘੱਟ ਪਾ ਦੂੰ, ਪੀਰ ਕੀ ਕਰ ਲੂੰ ਉੱਥੇ ਹੱਥ 'ਚ ਮੇਰੇ? ਕਹਿੰਦਾ ਕਿਉਂ ਜੀ, ਸਾਰਾ ਕੁਝ ਠੇਕੇਦਾਰ ਦੇ ਹੱਥ 'ਚ ਆ, ਕਿਉਂ ਪਿਆਰੇ ਹੋ? ਅਤੇ ਫਿਰ ਪੀਰ ਕੌਣ ਹੋਇਆ? ਠੇਕੇਦਾਰ ਨਹੀਂ ਕੁਛ ਹੋਣਾ ਚਾਹੀਦਾ, ਪੀਰ ਉਹ ਆ ਤੁਹਾਡਾ, ਅਤੇ ਸਾਡੇ ਲੋਕ ਪੀਰ ਹੋਰ ਕਿਸੇ ਨੂੰ ਮੰਨੀ ਜਾਂਦੇ, ਪੀਰ ਤਾਂ ਉਹ ਆ, ਉਹਨੂੰ ਮਨਾ ਲਓਗੇ ਤਾਂ 2 ਬੋਰੀਆਂ ਵੱਧ ਪੜਕੂ ਤਾਂ ਸੀਮਿੰਟ ਸਹੀ ਰਹੂ, ਤੁਹਾਡਾ ਲੈਂਟਰ ਸਹੀ ਰਹੂਗਾ। ਅਤੇ ਜੇ ਉਹ ਹੀ ਗੁੱਸੇ ਹੋ ਗਿਆ ਤਾਂ ਪੀਰ ਜਿੰਨੇ ਮਰਜ਼ੀ ਮਨਾਈ ਜਾਓ, ਹਾਂ ਜਿੰਨੀਆਂ ਮਰਜ਼ੀ ਤੁਸੀਂ ਜਾ ਕੇ ਉੱਥੇ ਦੇਗਾਂ ਕਰਾਈ ਜਾਓ, ਤਾਂ ਲੈਂਟਰ 'ਤੇ ਪਟਣਾ ਪਟਣਾ। ਇਸ ਕਰਕੇ ਅਜੇ ਤੱਕ ਸਾਨੂੰ ਸਮਝ ਹੀ ਨਹੀਂ ਆਈ। ਤੋ ਮੈਨੂੰ ਕਹਿੰਦਾ ਇਹਦੇ ਨਾਲ ਮੈਂ ਕਈ ਪਰਿਵਾਰਾਂ ਦੇ ਵੀਰਵਾਰ ਲੈਂਟਰ ਪਾਏ, ਉਹਨਾਂ ਨੂੰ ਸਮਝਾ ਕੇ ਵੀ ਭਲੇ ਉਹ ਦਿਨ ਸਾਰੇ ਰੱਬ ਦੇ ਆ, ਸਫਲ ਮਹੂਰਤ, ਮਹੂਰਤ ਮਹੂਰਤ ਸ਼ਬਦ, ਜਿਹੜਾ ਮਹੂਰਤ ਸ਼ਬਦ ਆ, ਜਦੋਂ ਤੱਤੇ ਨੂੰ ਔਂਕੜ ਆਊਗਾ ਨਾ ਉਹ ਸਮੇਂ ਲਈ ਆਉਣਾ, ਜਦੋਂ ਤੱਤੇ ਨੂੰ ਸਿਹਾਰੀ ਵਾਲਾ ਆਊਗਾ ਉਹਦਾ ਮਤਲਬ ਸ਼ਕਲ ਵਾ, ਜਿਵੇਂ ਅਕਾਲ ਮੂਰਤ ਉੱਥੇ ਤੱਤੇ ਨੂੰ ਸਿਹਾਰੀ ਆ, ਜਦੋਂ ਪੜ੍ਹਦੇ ਆਪਾਂ ਅਕਾਲ ਮੂਰਤ, ਪਰਮਾਤਮਾ ਦੀ ਜਿਹੜੀ ਮੂਰਤ ਵਾ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਵਾ, ਸਮੇਂ ਦਾ ਕੋਈ ਉੱਤੇ ਪ੍ਰਭਾਵ ਨਹੀਂ। ਜਦੋਂ ਤੱਤੇ ਨੂੰ ਔਂਕੜ ਆ ਗਿਆ ਉਦੋਂ ਪੜ੍ਹਾਂਗੇ ਇਹਨੂੰ ਆਪਾਂ ਹਲੰਤ ਲਾ ਕੇ ਮਹੂਰਤ, ਮਹੂਰਤ ਜਿਵੇਂ ਆਪਾਂ ਕਹਿੰਦੇ ਤੁਸੀਂ ਮਹੂਰਤ ਨਹੀਂ ਕਢਾਇਆ, ਅਤੇ ਪਾਤਸ਼ਾਹ ਕਹਿੰਦੇ ਸਫਲ ਮਹੂਰਤ, ਇਹਨੂੰ ਇੱਦਾਂ ਪੜ੍ਹਨਾ ਸਫਲ ਮਹੂਰਤ, ਉਹ ਸਮਾਂ ਸਫਲ ਵਾ, ਸਫਲ ਆ ਘੜੀ, ਉਹ ਘੜੀ ਵੀ ਸਫਲ ਆ। ਮਹਾਰਾਜ ਕਿਹੜੀ? ਜਿੱਤ ਸੱਚੇ ਨਾਲ ਪਿਆਰ, ਆਖੋ ਸਤਨਾਮ ਸ੍ਰੀ। ਜਦੋਂ ਤੁਹਾਡਾ ਸੱਚ ਨਾਲ ਪਿਆਰ ਪੈ ਗਿਆ, ਤੁਸੀਂ ਸਤਿਗੁਰ ਦੀ ਬਾਣੀ ਪੜ੍ਹਦੇ ਹੋ, ਗੁਰੂ 'ਤੇ ਭਰੋਸਾ, ਤੁਹਾਨੂੰ ਮਟੀਰੀਅਲ ਅਗਲੇ ਨੇ ਤੁਹਾਡੇ ਲੈਂਟਰ 'ਚ ਪੂਰਾ ਪਾਇਆ, ਪਾਟੂ ਕਿੱਦਾਂ ਜੀ? ਅਤੇ ਜੇ ਅਗਲੇ ਨੇ ਲੈਂਟਰ 'ਚ ਮਟੀਰੀਅਲ ਪੂਰਾ ਨਾ ਪਾਇਆ, ਤੁਸੀਂ ਜਿੰਨੀਆਂ ਮਰਜ਼ੀ ਦੇਗਾਂ ਕਰਾਈ ਜਾਓ, ਜਿੰਨੇ ਮਰਜ਼ੀ ਨਾਰੀਅਲ ਭੰਨੀ ਜਾਓ, ਲੈਂਟਰ 'ਤੇ ਪਾਟੂ ਪਾਟੂ ਜੀ, ਭਾਵੇਂ ਤੁਸੀਂ 5-10 ਦਿਨ ਹੋਰ ਲੇਟ ਖੋਲ ਲਓ, ਕੋਈ ਗੱਲ ਤਾਂ ਮਟੀਰੀਅਲ 'ਤੇ ਆ ਨਾ, ਜਿਹੜਾ ਉਹਦੇ ਵਿੱਚ ਸਮਾਨ ਪੈਣਾ ਵਾ। ਹੁਣ ਇੱਥੇ ਸ਼ਬਦ ਵਰਤਿਆ ਸਫਲ ਮਹੂਰਤ, ਸਫਲਾ ਘੜੀ, ਜਿੱਤ ਸੱਚੇ ਨਾਲ, ਸਾਰੇ ਬੋਲੋ ਜਿੱਤ ਸੱਚੇ ਨਾਲ, ਉਹ ਸਮਾਂ ਘੜਾ ਚੰਗਾ ਹੈ, ਉਹ ਪਲ ਘੜੀ ਸਕਿੰਟ ਮਿੰਟ ਚੰਗੀ, ਜਦੋਂ ਸੱਚੇ ਨਾਲ ਪਿਆਰ ਪੈ ਗਿਆ। ਸਫਲ ਮਹੂਰਤ ਸਫਲਾ ਘੜੀ ਜਿੱਤ ਸੱਚੇ ਨਾਲ ਪਿਆਰ, ਅੱਗੇ ਕਹਿੰਦੇ ਦੂਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ, ਬਾਂਹ ਪਕੜ ਗੁਰ ਕਾਢਿਆ, ਸੋ ਸਤਿਗੁਰ ਧਨ ਧਨ ਜਿਨ ਭਰਮ ਗੜ ਤੋੜਿਆ। ਗੁਰੂ ਨੇ ਬਾਂਹ ਫੜ ਕੇ ਬਾਹਰ ਕੱਢ ਲਿਆ। ਸਫਲ ਮਹੂਰਤ ਸਫਲਾ ਘੜੀ ਜਿੱਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਆਧਾਰ, ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ, ਉਹ ਪਾਰ ਹੋ ਗਿਆ। ਤੋ ਪਾਤਸ਼ਾਹ ਕਹਿੰਦੇ ਫੁੱਟ ਆਂਡਾ ਭਰਮ ਕਾ, ਭਰਮ ਦਾ ਆਂਡਾ ਪਾੜ ਗਿਆ, ਅਤੇ ਮਨੇ ਪਏ ਪ੍ਰਗਾਸ਼, ਮਨ ਵਿੱਚ ਪ੍ਰਗਾਸ਼ ਹੋ ਗਿਆ, ਚਾਨਣ ਹੋ ਗਿਆ ਜਿਹਨੂੰ ਆਪਾਂ ਕਹਿੰਦੇ।
ਮਨੇ ਪਇਓ ਪਰਗਾਸ ਕਾਟੀ ਬੇਰੀ ਪਗਾਂ ਤੇ। ਬੇੜੀਆਂ ਕੱਢ ਦਿੱਤੀਆਂ ਜਿਹੜੀਆਂ ਪੈਰਾਂ ਨੂੰ ਪਈਆਂ ਸੀ, ਮੋਹ ਦੀਆਂ ਬੁਰਾਈਆਂ ਦੀਆਂ ਬੇੜੀਆਂ ਉਹ ਕੱਢ ਦਿੱਤੀਆਂ ਕਿਹਨੇ? ਗੁਰੂ ਨੇ। ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ। ਗੁਰੂ ਨੇ ਬੰਦ ਖਲਾਸੀ ਕਰ ਦਿੱਤੀ ਬੰਧਨਾਂ ਤੋਂ, ਬੋਲੋ ਜੀ, ਖਲਾਸੀ ਕਰਤੀ ਬੰਧਨਾਂ ਤੋਂ, ਛਡਾ ਦਿੱਤਾ। ਇਹ ਆ ਮੁਕਤੀ ਸਿੱਖ ਨੇ ਮੰਗਣੀ ਆਪਣੇ ਗੁਰੂ ਕੋਲ, ਮਹਾਰਾਜ ਮੈਨੂੰ ਬੰਧਨਾਂ ਤੋਂ ਮੁਕਤ ਕਰੋ, ਮਹਾਰਾਜ ਮੈਨੂੰ ਬੰਧਨਾਂ ਤੋਂ ਮੁਕਤ ਕਰੋ, ਮੈਂ ਵਹਿਮਾਂ ਚੋਂ ਭਰਮਾਂ ਚੋਂ ਬੰਧਨਾਂ ਚੋਂ ਮੁਕਤ ਹੋ ਸਕਾਂ, ਮੈਂ ਆਜ਼ਾਦੀ ਦਾ ਨਿੱਘ ਮਾਣ ਸਕਾਂ, ਮੈਂ ਆਪਣੀ ਮਰਜ਼ੀ ਨਾਲ ਉੱਠਾਂ ਤੁਰਾਂ ਫਿਰਾਂ। ਜਦੋਂ ਮੈਂ ਗੁਰੂ ਦਾ ਉਪਦੇਸ਼ ਸਮਝਾਂਗਾ ਫਿਰ ਵਹਿਮਾਂ ਚੋਂ ਨਿਕਲਾਂਗਾ। ਅੱਜ ਵਹਿਮਾਂ 'ਚ ਪਈ ਹੈ ਦੁਨੀਆ। ਕੋਈ ਬੰਦਾ ਆਪਣੇ ਸਰੀਰ, ਚੋਰ ਬੰਦਾ ਆਪਣੇ ਕਦੀ ਸਰੀਰ 'ਤੇ ਚੋਰ ਲਿਖਾਉਂਦਾ ਤੁਹਾਨੂੰ ਦੱਸਿਆ ਵੀ ਹੋਵੇ ਚੋਰ ਅਤੇ ਉਹਨੇ ਆਪਣੇ ਸਰੀਰ 'ਤੇ ਲਿਖਾਇਆ ਹੋਵੇ ਕਿ ਮੈਂ ਚੋਰ ਹਾਂ? ਲਾਲਚੀ ਬੰਦਾ ਆਪਣੇ ਸਰੀਰ 'ਤੇ ਲਿਖਾਉਂਦਾ ਮੈਂ ਲਾਲਚੀ ਹਾਂ? ਨਹੀਂ। ਕ੍ਰੋਧੀ ਬੰਦਾ ਆਪਣੇ ਸਰੀਰ 'ਤੇ ਲਿਖਾਉਂਦਾ ਮੈਂ ਕ੍ਰੋਧੀ ਹਾਂ? ਪਰ ਵਹਿਮੀ ਬੰਦਾ ਲਿਖਾਉਂਦਾ ਕਿ ਮੈਂ ਵਹਿਮੀ ਹਾਂ। ਆਹ ਧਾਗੇ ਨਗਾਂ ਵਾਲੀਆਂ ਮੁੰਦਰੀਆਂ ਇਹ ਨਿਸ਼ਾਨੀ ਕਾਹਦੀ ਹੈ ਭਲਾ? ਬੋਲੋ ਜੀ, ਵਹਿਮ ਦੀ। ਜੇ ਇਕੱਲਾ ਕੜਾ ਹੀ ਆ ਫਿਰ ਬੰਦ ਸਮਝ ਆ ਜਾਂਦੀ ਆ ਬੰਦਾ ਵਹਿਮ ਨਹੀਂ ਕਰਦਾ। ਕਈਆਂ ਨੇ ਆਪਣੀਆਂ ਗੱਡੀਆਂ ਵੀ ਉਹਨਾਂ 'ਚ ਵੀ ਧਾਗੇ ਬੱਧੇ ਹੁੰਦੇ, ਸਟੀਅਰਿੰਗ ਨਾਲ ਧਾਗੇ ਬੱਧੇ ਹੁੰਦੇ ਕਈਆਂ ਨੇ, ਵੀ ਐਵਰੇਜ ਵੱਧ ਦਊਗੀ। ਕਈਆਂ ਨੇ ਟਰੈਕਟਰਾਂ ਦੇ ਸਟੀਅਰਿੰਗਾਂ ਨਾਲ ਬੱਧੇ ਹੁੰਦੇ ਆ, ਕਰਦੇ ਕਈ ਵਹਿਮ ਹੀ ਆ, ਵਹਿਮ ਕਰਦੇ ਆ। ਕਈ ਆ ਨਿਸ਼ਾਨ ਸਾਹਿਬ ਦੇ ਜਦੋਂ ਚੋਲੇ ਉਤਾਰੇ ਜਾਂਦੇ ਆ, ਬਦਲੇ ਜਾਂਦੇ ਆ, ਕਈ ਉਹਦੀਆਂ ਕੱਪੜਾ ਲੈ ਕੇ ਘਰ ਲੈ ਕੇ ਆਉਣਗੇ ਵੀ ਇਹ ਘਰ ਰੱਖਾਂਗੇ, ਸੈ ਟਰੈਕਟਰ ਦੇ ਸਟੇਅਰ ਨਾਲ ਬੰਨਾਂਗੇ, ਟਰੈਕਟਰ ਐਵਰੇਜ ਵੱਧ ਦੂਗੀ। ਹੁਣ ਤੁਸੀਂ ਸਰਵਿਸ ਨਹੀਂ ਕਰਾਓਗੇ ਤਾਂ ਪੰਪ ਤਾਂ ਖੁੱਲ੍ਹਣਾ ਹੀ ਖੁੱਲ੍ਹਣਾ ਉਹਦਾ। ਇਹਦਾ ਮਤਲਬ ਇਹ ਥੋੜ੍ਹਾ ਵੀ ਤੁਹਾਨੂੰ ਰਿਆਇਤ ਮਿਲ ਗਈ ਵੀ ਤੁਸੀਂ ਟਰੈਕਟਰ ਦੀ ਸਰਵਿਸ ਨਾ ਕਰਾਓ, ਇਹਦਾ ਆਇਲ ਨਾ ਬਦਲੋ, ਇਹ 'ਚ ਤੇਲ ਨਾ ਪਵਾਓ। ਇਹ ਤਾਂ ਤੁਹਾਨੂੰ ਗਲਤ ਸਮਝਦੇ ਹੋ। ਅਸੀਂ ਤਾਂ ਤਰ੍ਹਾਂ ਤਰ੍ਹਾਂ ਦੇ ਪਖਾਣ, ਆ ਧਾਗੇ ਤਵੀਤ ਰੱਖਾਂ, ਕਈ ਰੱਖਾਂ ਬੰਨਦੇ ਆ। ਜਦੋਂ ਅਸੀਂ ਕੈਂਪ ਲਾਉਂਦੇ ਹੁੰਦੇ ਸੀ ਤਾਂ ਕਈ ਵਾਰੀ ਕਈਆਂ ਬੱਚਿਆਂ ਦੇ ਧਾਗੇ ਤਵੀਤ ਅਸੀਂ ਵੇਖਣੇ ਅਤੇ ਉਹਦੇ ਵਿੱਚੋਂ ਇੱਦਾਂ ਜਦੋਂ ਵੇਖਣਾ ਖੋਲ੍ਹ ਕੇ ਤਾਂ ਉਹ 'ਚ ਸ਼ਬਦ ਲਿਖਿਆ ਹੋਣਾ, ਔਖੀ ਘੜੀ ਨਾ ਦੇਖਣ ਦੇਈ। ਕਹਿਣਾ ਕਿੱਥੋਂ ਦਿੱਤਾ? ਇਹ ਬਾਬਾ ਜੀ ਨੇ ਲਿਖ ਕੇ ਦਿੱਤਾ ਸੀ ਅਤੇ ਅਸੀਂ ਦੌੜੇ ਨਾ ਬੱਧਾ ਵੀ ਡਰ ਵੜਾਉਂਦਾ ਸੀ ਰਾਤ ਨੂੰ। ਡਰ ਤਾਂ ਆਪੇ ਆਉਣਾ ਜਦੋਂ ਅਸੀਂ ਵੇਖੋ ਗੱਲ, ਜਦੋਂ ਤੁਸੀਂ ਉਹਦੇ ਲਾਗੇ ਡਰਾਉਣੀਆਂ ਗੱਲਾਂ ਕਰਨੀਆਂ, ਅਸੀਂ ਰਾਤ ਨੂੰ ਤੁਸੀਂ ਸੌਣ ਲੱਗਿਆ 16 ਸਾਹਿਬ ਦੀ ਬਾਣੀ ਪੜ੍ਹ ਕੇ ਸੌਂ, ਤੁਹਾਡੇ ਵਿਚਾਰ ਨੇ ਇੱਕ ਹੋਣੇ ਚਾਹੀਦੇ, ਡਰਨਾ ਆਪਾਂ ਕਿੱਥੋਂ ਆ ਜੀ? ਡਰਾਉਣੀਆਂ ਅਸੀਂ ਆਪੇ, ਅਸੀਂ ਤਾਂ ਇੱਦਾਂ ਨਿਆਣਾ ਪਾਲਦੇ ਹਾਂ, ਉਹਨੂੰ ਨਵਾਈਏ ਅਤੇ ਨਾਲ ਹੀ ਕਹੀ ਜਾਣਗੇ ਆ ਬਾਹਰ ਮਊ ਆ ਗਈ, ਉਹ ਨਾਲਾ, ਉਹਨੂੰ ਸਮਝ ਨਹੀਂ ਆਉਂਦੀ ਵੀ ਮਊ ਕੀ ਆ। ਉਹਨੂੰ ਨਵਾਉਣ ਲੱਗਿਆਂ ਵੀ ਡਰਾਈ ਜਾਂਦੇ ਹਾਂ, ਅਸੀਂ ਸਕੂਲੇ ਭੇਜਣ ਲੱਗਿਆਂ ਵੀ ਡਰਾਉਂਦੇ ਹਾਂ, ਤੈਨੂੰ ਪੁਲਿਸ ਨੂੰ ਫੜਾ ਦੇਣਾ ਹੀ। ਉਹ ਵੱਡਾ ਹੋ ਕੇ ਕਦੀ ਅਫਸਰ ਸਾਹਮਣੇ ਗੱਲ ਕਿੱਦਾਂ ਕਰੂ ਜਿਹਨੂੰ ਤੁਸੀਂ ਨਿੱਕੇ ਹੁੰਦੇ ਨੂੰ ਡਰ ਪਾਤਾ? ਤੈਨੂੰ ਭਾਈ ਫੜ ਕੇ ਲੈ ਜਾਣਗੇ ਤੈਨੂੰ। ਲਓ ਡਰ ਅਸੀਂ ਪਾਤਾ ਬੱਚਿਆਂ ਨੂੰ, ਬੱਚੇ ਨੂੰ ਡਰ। ਹੁਣ ਇੱਕ ਬੰਨੇ ਬਾਬਾ ਫਤਿਹ ਸਿੰਘ ਹੋਣੀ 7 ਸਾਲ ਦੇ, ਜ਼ੋਰਾਵਰ ਸਿੰਘ ਹੋਣੀ ਯੁਰਤ ਨਾਲ ਗੱਲ ਕਰਦੇ ਆ, ਅਤੇ ਅਸੀਂ ਤਾਂ ਡਰਾ ਡਰਾ ਕੇ ਨਿਆਣੇ ਪੈਦਾ ਕਰਦੇ ਹਾਂ, ਡਰਾ ਡਰਾ ਕੇ ਉਹਨਾਂ ਨੂੰ ਜਿਹੜਾ ਵਾ ਪਾਲਦੇ ਹਾਂ, ਨਿੱਕੀਆਂ ਨਿੱਕੀਆਂ ਗੱਲਾਂ। ਡਰ ਬਿਠਾ ਤਾ, ਅਸੀਂ ਆਪ ਵੱਡੇ ਡਰੀ ਜਾਂਦੇ ਹਾਂ ਜੀ, ਛੋਟਿਆਂ ਦੀ ਤਾਂ ਗੱਲ ਹੀ ਛੱਡ ਦਿਓ ਤੁਸੀਂ। ਵੱਡਿਆਂ ਦੇ ਅੰਦਰ ਡਰ ਬਿਠਾ, ਸਵੇਰੇ ਗੁਰਦੁਆਰੇ ਮੱਥਾ ਟੇਕ ਕੇ ਆਉਂਦੇ ਹਾਂ, ਜਾਂਦਿਆਂ ਨੂੰ ਫਿਰ ਗੱਡੀ ਜਦੋਂ ਕਿਤੇ ਰਾਹ 'ਚ ਕੋਈ ਜਗ੍ਹਾ ਵੇਖਦੇ ਹਾਂ ਫਿਰ ਮੱਥਾ ਟੇਕ ਜਾਂ ਟੇਕ ਦਿੰਦੇ ਹਾਂ ਵੀ ਕਿਤੇ ਰਾਹ 'ਚ ਮੇਰਾ ਨੁਕਸਾਨ ਹੀ ਨਾ ਹੋ ਜਾਵੇ। ਕੋਈ ਵਹਿਮ ਹੈ ਸਾਡੇ ਮਨਾਂ ਵਿੱਚ, ਕਿਉਂਕਿ ਅਸੀਂ ਭਰਮਾਂ ਦੇ ਆਂਡੇ ਵਿੱਚ ਪਏ ਹੋਏ ਹਾਂ। ਪਾਤਸ਼ਾਹ ਕਹਿੰਦੇ ਫੂਟੋ ਆਂਡਾ ਭਰਮ ਕਾ, ਮਨੇ ਪਇਓ ਪ੍ਰਕਾਸ਼ ਕਾਟੀ ਬੇਰੀ ਪਗਾਂ ਤੇ ਗੁਰਕੀਨੀ ਬੰਦ ਖਲਾਸ। ਗੁਰੂ ਨੇ ਬੰਧਨਾਂ ਤੋਂ ਖਲਾਸੀ ਕਰ ਦਿੱਤੀ।
ਅੱਜ ਤਰ੍ਹਾਂ ਤਰ੍ਹਾਂ ਦੇ ਵਹਿਮ ਪਾ ਤੇ, ਜਗ੍ਹਾ ਬਣਾ ਦਿੱਤੀਆਂ ਜੀ, ਇਹ ਜਗ੍ਹਾ ਬੜੀ ਜਾ ਰਹੀ ਹੈ ਜੀ, ਇੱਥੇ ਬੜਾ ਕਈਆਂ ਦੇ ਘਰਾਂ ਬਾਰੇ ਵਹਿਮ ਪਾ ਤਾ ਵੀ ਇਹ ਘਰ ਦੇ ਵਿੱਚ ਕੋਈ ਜਗ੍ਹਾ ਹੈਗੀ, ਇਸ ਕਰਕੇ ਇੱਥੇ ਲਵੇਰਾ ਨਹੀਂ ਇਹਨਾਂ ਦੇ ਹੁੰਦਾ, ਇਹਨਾਂ ਦੇ ਨਿਆਣੇ ਬਿਮਾਰ ਰਹਿੰਦੇ ਆ, ਉਹ ਜਦੋਂ ਘਰ ਵੇਚ ਦਿੰਦੇ ਆ ਉੱਥੇ ਮੱਝਾਂ ਵੀ ਦੁੱਧ ਦੇਈ ਜਾਂਦੀ ਆ, ਉਹਨਾਂ ਦੇ ਨਿਆਣੇ ਪੜ੍ਹੀ ਵੀ ਜਾਂਦੇ ਆ। ਗੱਲ ਆਪਣੀ ਨਹੀਂ ਮੰਨਣੀ ਵੀ ਅਸੀਂ ਪੜ੍ਹਦੇ ਨਹੀਂ ਸੀ, ਮੱਝਾਂ ਨੂੰ ਪੱਠੇ ਨਹੀਂ ਸੀ ਪਾਉਂਦੇ। ਇੱਦਾਂ ਤਾਂ ਫਿਰ ਦੁਨੀਆ 'ਤੇ ਤਰੱਕੀ ਨਾ ਕਰ ਸਕੇ। ਕਈਆਂ ਲੋਕਾਂ ਨੇ, ਅੱਛਾ ਕਈ ਬੰਦੇ ਜਾਣ ਕੇ ਵੀ ਡਰਾਉਂਦੇ ਆ ਵੀ ਇਹ ਘਰ ਵੇਚ ਕੇ ਜਾਣ ਅਤੇ ਅਸੀਂ ਖਰੀਦ ਲਈਏ ਮੁੜ ਕੇ। ਬੋਲੋ ਪਿਆਰਿਓ, ਉਹ ਅਗਲੇ ਸਸਤਾ ਹੀ ਵੇਚਦੇ, ਉੱਦਾਂ ਉਹਨਾਂ ਵੱਧ ਮੰਗਣੇ, ਅਗਲਾ ਕਹਿੰਦਾ ਗਲੋਂ ਲਾਓ ਪਰਾਂ। ਕਈ ਇੱਦਾਂ ਕਹਿਣਗੇ ਇੱਥੇ ਬੰਦਾ ਮਰਿਆ ਤਾਂ ਨਹੀਂ ਇੱਥੇ ਹੁਣ ਮੱਝਾਂ ਦੁੱਧ ਦਿੰਦੀਆਂ, ਵੀ ਕਿਹੜਾ ਘਰ ਜਿੱਥੇ ਕਦੀ ਬੰਦਾ ਨਹੀਂ ਮਰਿਆ ਜੀ। ਬੋਲੋ ਗੁਰੂ ਕੇ ਪਿਆਰਿਓ, ਕੋਈ ਦੁਨੀਆ ਦਾ ਐਸਾ ਘਰ ਹੈਗਾ? ਹਰ ਘਰ ਦੇ ਵਿੱਚ ਕੋਈ ਨਾ ਕੋਈ ਇੱਦਾਂ ਕਹਿਣਗੇ ਜੀ ਇੱਥੇ ਨਾ ਅਵਗਤ ਹੈ, ਛੋਟੀ ਉਮਰ 'ਚ ਹੀ ਮਰ ਗਿਆ ਸੀ ਨਾ, ਇਸ ਕਰਕੇ ਉਹਦੀ ਰੂਹ ਭੜਕਦੀ ਫਿਰਦੀ ਆ। ਇੱਦਾਂ ਦੇ ਸ਼ਬਦ ਅਸੀਂ ਬੋਲਦੇ ਹਾਂ। ਅਵਗਤ ਤੁਹਾਡੇ ਕੋਲ ਕੀ ਗਰੰਟੀ ਅਵਗਤ ਹੈ ਜੀ? ਤੁਹਾਡੇ ਕੋਲ ਗਰੰਟੀ ਕੀ ਹੈ? ਛੋਟੀ ਉਮਰ ਦਾ ਸੀ ਜੀ, ਅਵਗਤ ਪੂਰਾ ਹੋਇਆ। ਅਤੇ ਜਿਹੜੇ ਨਿੱਕੇ ਨਿੱਕੇ ਮੀਰ ਮਨੂ ਦੀ ਜੇਲ੍ਹ 'ਚ ਛੋਟੇ ਛੋਟੇ ਬੱਚੇ, ਉਹਨਾਂ ਦੀ ਉਮਰ ਪੂਰੀ ਹੋ ਗਈ ਸੀ। ਜਿਹੜੇ ਦੋ ਦੋ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੇ ਬੱਚਿਆਂ ਨੂੰ ਆਕਾਸ਼ ਵੱਲ ਨੂੰ ਸੁੱਟ ਕੇ ਥੱਲੇ ਨੇਜੇ ਕੀਤੇ ਗਏ। ਬੰਦਾ ਸਿੰਘ ਬਹਾਦਰ ਦੇ 4 ਸਾਲ 7 ਮਹੀਨੇ ਦੇ ਸਾਹਿਬਜ਼ਾਦੇ ਨੂੰ ਧਰਤੀ 'ਤੇ ਲੰਮਾ ਪਾ ਕੇ ਉਹਦੇ ਜਿਉਂਦੇ ਦਾ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਗਿਆ, ਉਹਦੀ ਉਮਰ ਪੂਰੀ ਹੋ ਗਈ ਸੀ। ਕੌਣ ਲੋਕ ਨੇ ਜਿਹੜੇ